ਢਾਈ ਵਜੇ ਦੁਪਹਿਰ ਦੇ ਜਗਰਾਓ ਪੁਲਿਸ ਤੋਂ ਕੰਟਰੋਲ ਰੂਮ ਰਾਹੀਂ ਇੰਟੀਮੇਸ਼ਨ ਮਿਲੀ ਸੀ ਕਿ ਅਣਪਛਾਤੇ ਵਿਅਕਤੀ ਦੀ ਲਾਸ਼ ਮੈਰੀ ਵਿਲਾ ਪੈਲੇਸ ਨੀਅਰ ਜੀਟੀ ਰੋਡ ਦਾਖੇ ਦੇ ਵਿੱਚ ਹੈਗੀ ਹੈ। ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ SHO ਦਾਖਾ ਅਤੇ DSP ਦਾਖਾ ਦੀ ਟੀਮ ਜਿਹੜੀ ਹੈ ਉਹ ਸਪੋਟ 'ਤੇ ਗਈ ਅਤੇ ਉਹਨਾਂ ਨੇ ਸੀਨ ਆਫ ਕ੍ਰਾਈਮ ਨੂੰ ਜਿਹੜਾ ਹੈਗਾ ਤਾਂ ਨਿਰੀਕਸ਼ਣ ਕੀਤਾ। ਡੈਡ ਬੋਡੀ ਦੇ ਉੱਤੇ ਗਲੇ ਦੇ ਉੱਤੇ ਕੁਛ ਨਿਸ਼ਾਨ ਸੀਗੇ ਅਤੇ ਮੂੰਹ ਦੇ ਉੱਤੇ ਵੀ ਸਜਾਵਟ ਸੀਗੀ। ਜਿਹੜੀ ਕਿ ਡੈਡ ਬੋਡੀ ਸੀਗੀ ਕਿਉਂਕਿ ਅਣਪਛਾਤੀ ਸੀ ਇਸ ਕਰਕੇ ਉਹਨੂੰ ਮੋਰਚਰੀ ਦੇ ਵਿੱਚ ਰੱਖਿਆ ਗਿਆ ਅਤੇ ਪੂਰੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਕਿ ਇਸ ਡੈਡ ਬੋਡੀ ਦੀ ਜਿਹੜੀ ਹੈ ਸ਼ਨਾਖਤ ਕੀਤੀ ਜਾਏ। ਇਸ ਤੋਂ ਉਪਰੰਤ 28 ਤਰੀਕ ਨੂੰ ਵਿਕਰਮ ਸੱਗੜ ਉਹਨਾਂ ਨੇ ਇਸ ਡੈਡ ਬੋਡੀ ਦੀ ਜਿਹੜੀ ਹੈਗੀ ਹੈ ਪਛਾਣ ਕੀਤੀ। ਡੈਡ ਬੋਡੀ ਰਵਿੰਦਰ ਸਿੰਘ ਨਾਂ ਦੇ ਵਿਅਕਤੀ ਜੋ ਕਿ ਢੇਲੋ ਦਾ ਰਹਿਣ ਵਾਲਾ ਹੈ ਉਹਨਾਂ ਦੀ ਪਛਾਣ ਹੋਈ। ਇਸ ਤੋਂ ਉਪਰੰਤ ਜਿਹੜੇ ਹੈਗੇ ਕੋਰਿਸਪੋਂਡਿੰਗਲੀ ਮੁਕੱਦਮਾ ਨੰਬਰ 29 ਮੁਕੱਦਮਾ ਨੰਬਰ 120 ਡੇਟਡ 29/8/2024 ਅੰਡਰ ਸੈਕਸ਼ਨ 103(1)-3(5) BNS ਥਾਣੇ ਦਾਖੇ ਦੇ ਵਿੱਚ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਦੀ ਜਿਹੜੀ ਹੈਗੀ ਭਾਲ ਕੀਤੀ ਗਈ। ਇਨਵੈਸਟੀਗੇਸ਼ਨ ਦੇ ਵਿੱਚ ਰਣਜੀਤ ਸਿੰਘ ਅਤੇ ਗੁੱਲੀ ਦੋ ਵਿਅਕਤੀਆਂ ਜਿਹੜੇ ਹੈਗੇ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਅਤੇ ਗੁੱਲੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ। ਇਹਨਾਂ ਨੇ ਆਪਣੇ ਜਿਹੜਾ ਕ੍ਰਾਈਮ ਹੈਗਾ ਉਹਨੂੰ ਕਬੂਲਿਆ ਹੈ। ਦੋਹਾਂ ਨੇ ਗਲਾ ਘੁੱਟ ਕੇ ਰਵਿੰਦਰ ਸਿੰਘ ਦੀ ਜਿਹੜੀ ਹੈਗੀ ਆ ਹੱਤਿਆ ਕੀਤੀ ਸੀਗੀ 25 ਦੀ ਰਾਤ ਨੂੰ ਅਤੇ ਡੈਡ ਬੋਡੀ ਤਕਰੀਬਨ 9 ਵਜੇ ਜੋ ਹੈਗੀ ਉਹ ਦਾਖੇ ਦੇ ਏਰੀਆ ਦੇ ਵਿੱਚ ਸਿੱਟੀ ਸੀ। ਫਰਦਰ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ। ਸਰ ਕਾਰਨ ਕੀ ਹੈ ਜੀ ਕਿਉਂ ਉਹਨਾਂ ਨੇ ਇਹਦੇ ਅਜੇ ਜਦੋਂ ਦੂਜੇ ਅਰੈਸਟ ਹੋਣਗੇ ਤਾਂ ਕਾਰਨ ਪਤਾ ਲੱਗੇਗਾ। ਜੋ ਸੁਣਨ 'ਚ ਆਇਆ ਹੈਗਾ ਕਿ ਰਣਜੀਤ ਸਿੰਘ ਦਾ ਕੋਈ ਡਿਸਪਿਊਟ ਸੀਗਾ ਮ੍ਰਿਤਕ ਦੀ ਬੇਟੀ ਦੇ ਨਾਲ, ਪਰ ਅਜੇ ਕੁਛ ਕਨਫਰਮ ਨਹੀਂ ਜੀ। ਠੀਕ, ਤੂੰ ਨਾਲ ਸੀ ਚਾਚੇ ਦੇ? ਹਾਂਜੀ ਨਾਲ ਸੀ। ਤੇ ਚਾਚਾ ਤੇਰਾ ਪੰਜਾਬੀ ਸਿੰਗਰ ਆ ਰਣਜੀਤ ਬਾਠ? ਹਾਂਜੀ, ਬਾਹਰੋਂ ਆਏ ਜੀ 7 ਸਾਲ ਬਾਅਦ। ਅੱਛਾ, ਤੇ ਮੈਨੂੰ ਤਾਂ ਇਹੀ ਕਿਹਾ ਜੀ ਆਪਾਂ ਜਾ ਕੇ ਆਉਣਾ ਮਾੜਾ ਜਿਹਾ ਅਤੇ ਸਹੁਰਾ ਸਾਹਿਬ ਨੂੰ ਮਿਲ ਕੇ ਆਉਣਾ ਜੀ। ਠੀਕ ਹੈ। ਇੱਥੇ ਲੁਧਿਆਣੇ ਆਏ ਆ ਜੀ, ਉਹਨਾਂ ਨੂੰ ਪਾਇਆ ਗੱਡੀ 'ਚ। ਠੀਕ ਹੈ। ਅਤੇ ਮੈਨੂੰ ਕਹਿੰਦੇ ਆ ਬਾਹਰ ਖੜੀ ਮਾੜਾ ਜਿਹਾ ਗੱਲ ਕਰਨੀ ਆ। ਠੀਕ ਹੈ। ਮੈਂ ਬਾਹਰ ਆਇਆ ਜੀ, ਇਹਨਾਂ ਨੇ ਗਲਾ ਘੁੱਟਤਾ ਉਹਦਾ ਜੀ। ਅੱਛਾ। ਹਾਂਜੀ, ਫਿਰ ਉਹਦੀ ਲਾਸ਼ ਨੂੰ ਝਾੜੀਆਂ ਹੀ ਸਿੱਟਤਾ? ਹਾਂਜੀ। ਠੀਕ, ਹੁਣ ਉਹ ਆਪ ਫਰਾਰ ਆ ਚਾਚਾ? ਫਰਾਰ ਆ ਜੀ। 2:30 ਦੁਪਹਿਰ ਦੇ ਜਗਰਾਓ ਪੁਲਿਸ ਤੋਂ ਕੰਟਰੋਲ ਰੂਮ ਰਾਹੀਂ ਇੰਟੀਮੇਸ਼ਨ ਮਿਲੀ ਸੀ ਕਿ ਅਣਪਛਾਤੇ ਵਿਅਕਤੀ ਦੀ ਲਾਸ਼ ਮੈਰੀ ਵਿਲਾ ਪੈਲੇਸ ਨੀਅਰ GT ਰੋਡ ਦਾਖੇ ਦੇ ਵਿੱਚ ਹੈਗੀ ਹੈ। ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ SHO ਦਾਖਾ ਅਤੇ DSP ਦਾਖਾ ਦੀ ਟੀਮ ਜਿਹੜੀ ਹੈ ਉਹ ਸਪੋਟ 'ਤੇ ਗਈ ਅਤੇ ਉਹਨਾਂ ਨੇ ਸੀਨ ਆਫ ਕ੍ਰਾਈਮ ਨੂੰ ਜਿਹੜਾ ਹੈਗਾ ਤਾਂ ਨਿਰੀਕਸ਼ਣ ਕੀਤਾ। ਡੈਡ ਬੋਡੀ ਦੇ ਉੱਤੇ ਗਲੇ ਦੇ ਉੱਤੇ ਕੁਛ ਨਿਸ਼ਾਨ ਸੀਗੇ ਅਤੇ ਮੂੰਹ ਦੇ ਉੱਤੇ ਵੀ ਸਜਾਵਟ ਸੀਗੀ। ਜਿਹੜੀ ਕਿ ਡੈਡ ਬੋਡੀ ਸੀਗੀ ਕਿਉਂਕਿ ਅਣਪਛਾਤੀ ਸੀ ਇਸ ਕਰਕੇ ਉਹਨੂੰ ਮੋਰਚਰੀ ਦੇ ਵਿੱਚ ਰੱਖਿਆ ਗਿਆ ਅਤੇ ਪੂਰੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਕਿ ਇਸ ਡੈਡ ਬੋਡੀ ਦੀ ਜਿਹੜੀ ਹੈ ਸ਼ਨਾਖਤ ਕੀਤੀ ਜਾਏ। ਇਸ ਤੋਂ ਉਪਰੰਤ 28 ਤਰੀਕ ਨੂੰ ਵਿਕਰਮ ਸੱਗੜ ਉਹਨਾਂ ਨੇ ਇਸ ਡੈਡ ਬੋਡੀ ਦੀ ਜਿਹੜੀ ਹੈਗੀ ਹੈ ਪਛਾਣ ਕੀਤੀ। ਡੈਡ ਬੋਡੀ ਰਵਿੰਦਰ ਸਿੰਘ ਨਾਂ ਦੇ ਵਿਅਕਤੀ ਜੋ ਕਿ ਢੇਲੋ ਦਾ ਰਹਿਣ ਵਾਲਾ ਹੈ ਉਹਨਾਂ ਦੀ ਪਛਾਣ ਹੋਈ। ਇਸ ਤੋਂ ਉਪਰੰਤ ਜਿਹੜੇ ਹੈਗੇ ਕੋਰਿਸਪੋਂਡਿੰਗਲੀ ਮੁਕੱਦਮਾ ਨੰਬਰ 29 ਮੁਕੱਦਮਾ ਨੰਬਰ 120 ਡੇਟਡ 29/8/2024 ਅੰਡਰ ਸੈਕਸ਼ਨ 103(1)-3(5) BNS ਥਾਣੇ ਦਾਖੇ ਦੇ ਵਿੱਚ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਦੀ ਜਿਹੜੀ ਹੈਗੀ ਭਾਲ ਕੀਤੀ ਗਈ। ਇਨਵੈਸਟੀਗੇਸ਼ਨ ਦੇ ਵਿੱਚ ਰਣਜੀਤ ਸਿੰਘ ਅਤੇ ਗੁੱਲੀ
ਦੋ ਵਿਅਕਤੀਆਂ ਜਿਹੜੇ ਹੈਗੇ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਅਤੇ ਗੁਲੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ। ਇਹਨਾਂ ਨੇ ਆਪਣੇ ਜਿਹੜਾ ਕ੍ਰਾਈਮ ਹੈਗਾ ਉਹਨੂੰ ਕਬੂਲਿਆ ਹੈ। ਦੋਹਾਂ ਨੇ ਗਲਾ ਘੁੱਟ ਕੇ ਰਵਿੰਦਰ ਸਿੰਘ ਦੀ ਜਿਹੜੀ ਹੈਗੀ ਆ ਹੱਤਿਆ ਕੀਤੀ ਸੀਗੀ 25 ਦੀ ਰਾਤ ਨੂੰ, ਅਤੇ ਡੈੱਡ ਬੋਡੀ ਤਕਰੀਬਨ 9 ਵਜੇ ਜੋ ਹੈਗੀ ਉਹ ਦਾਖਲ ਏਰੀਆ ਦੇ ਵਿੱਚ ਸਿੱਟੀ ਸੀ। ਫਰਦਰ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਜਾ ਰਹੀ। ਸਰ ਕਾਰਨ ਕੀ ਹੈ ਜੀ ਕਿਉਂ ਉਹਨਾਂ ਨੂੰ? ਇਹਦੇ ਅਜੇ ਜਦੋਂ ਦੂਜੇ ਅਰੈਸਟ ਹੋਣਗੇ ਤਾਂ ਉਹਦਾ ਕਾਰਨ ਪਤਾ ਲੱਗੇਗਾ। ਜੋ ਸੁਣਨ 'ਚ ਆਇਆ ਹੈਗਾ ਕਿ ਰਣਜੀਤ ਸਿੰਘ ਦਾ ਕੋਈ ਡਿਸਪਿਊਟ ਸੀਗਾ ਮ੍ਰਿਤਕ ਦੀ ਬੇਟੀ ਦੇ ਨਾਲ, ਪਰ ਅਜੇ ਕੁਛ ਕਨਫਰਮ ਨਹੀਂ। ਤੂੰ ਨਾਲ ਸੀ ਚਾਚੇ ਦੇ? ਹਾਂਜੀ ਨਾਲ ਸੀ। ਤੇ ਚਾਚਾ ਤੇਰਾ ਪੰਜਾਬੀ ਸਿੰਗਰ ਆ ਰਣਜੀਤ ਬਾਠ? ਹਾਂਜੀ ਬਾਹਰੋਂ ਆਏ ਜੀ 7 ਸਾਲ ਬਾਅਦ। ਅੱਛਾ। ਤੇ ਮੈਨੂੰ ਤਾਂ ਇਹੀ ਕਿਹਾ ਜੀ ਆਪਾਂ ਜਾ ਕੇ ਆਉਣਾ ਮਾੜਾ ਜਿਹਾ ਅਤੇ ਸਹੁਰਾ ਸਾਹਿਬ ਨੂੰ ਮਿਲ ਕੇ ਆਉਣਾ ਜੀ। ਠੀਕ ਹੈ। ਇੱਥੇ ਲੁਧਿਆਣੇ ਆਏ ਆ ਜੀ, ਉਹਨਾਂ ਨੂੰ ਪਾਇਆ ਗੱਡੀ 'ਚ। ਠੀਕ ਹੈ। ਅਤੇ ਮੈਨੂੰ ਕਹਿੰਦੇ ਆ ਬਾਹਰ ਖੜੀ ਮਾੜਾ ਜਿਹਾ ਗੱਲ ਕਰਨੀ ਆ। ਠੀਕ ਹੈ। ਮੈਂ ਬਾਹਰ ਆਇਆ ਜੀ, ਇਹਨਾਂ ਨੇ ਗਲਾ ਘੁੱਟਤਾ ਉਹਦਾ ਜੀ। ਅੱਛਾ। ਹਾਂਜੀ। ਫਿਰ ਉਹਦੀ ਲਾਸ਼ ਨੂੰ ਝਾੜੀਆਂ ਹੀ ਸਿੱਟਤਾ? ਹਾਂਜੀ। ਠੀਕ। ਹੁਣ ਉਹ ਆਪ ਫਰਾਰ ਆ ਚਾਚਾ? ਫਰਾਰ ਆ ਜੀ।